ਬਰਾਬਰ ਗਿਆ ਤੇ ਅੰਗਰੇਜ਼ ਦੀ ਮੋਟਰਸਾਈਕਲ ਬੰਦ ਹੋ ਗਈ ਉੱਥੇ ਮੈਂ ਉਹਨੂੰ ਕਹਾਂ ਕਿ ਇੱਕ ਮਾਰ ਦੇਖੋ ਇੱਕ ਹੀ ਨਾ ਵਜੇ ਉਸਤਾਦ ਜੀ ਉਹਨਾਂ ਨੇ ਸਿਰ 'ਚ ਟੰਬਾ ਮਾਰਨ ਲੱਗਿਆ ਸੀ ਏਡਾ ਲੰਮਾ ਟੰਬ ਵਾਰਦਾ ਤੁਹਾਡੇ ਇਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਵੀ ਪੈ ਗਏ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵੀਰ ਭਰਾ ਸੱਜਣ ਮਿੱਤਰ ਠੀਕ ਠਾਕ ਹੋਵੋਗੇ ਤੇ ਹਮਜ਼ਾ ਵਲੌਗ ਦੇ ਨਾਲ ਅੱਜ ਫਿਰ ਇੱਕ ਵਾਰੀ ਜੁੜ ਚੁੱਕੇ ਤੁਹਾਡੇ ਨਾਲ ਚੱਲਾ ਮੋਟਰਸਾਈਕਲਾਂ ਦੇਖ ਲਓ ਸਟੈਂਡ ਤੇ ਸਾਰੀਆਂ ਲੱਗੀਆਂ ਹੋਈਆਂ ਆਵਾਮ ਉਹ ਪਿੱਛੇ ਬੈਠੀ ਆ ਥੱਲੇ ਕਰਕੇ ਤੇ ਆਪਣੇ ਨਾਲ ਗੇਜਾ ਵੀ ਆ ਮੌਜੂਦ ਤੇ ਆ ਗੇਜਾ ਕੀ ਹਾਲ ਆ ਤੇਰਾ ਠੀਕ ਆ ਗੇਜੇ ਨੂੰ ਮੋਟਰਸਾਈਕਲ ਮਿਲ ਗਈ ਆ ਉਹ ਪਿੱਛੇ ਖੜੀ ਆ ਗੇਜੇ ਦੀ ਹੈ ਤੇ ਗਰਮੀ ਜਿਹੜੀ ਆ ਨਾ ਅੱਜ ਕੁਛ ਬਹੁਤ ਜ਼ਿਆਦਾ ਸੀ ਕੱਲ੍ਹ ਦਾ ਮੌਸਮ ਕੱਲ੍ਹ ਠੀਕ ਸੀ ਹੈ ਨਾ ਗੇਜਿਆ ਅਤੇ ਅੱਜ ਮੈਂ ਚੈੱਕ ਕੀਤਾ ਜੀ ਟੈਂਪਰੇਚਰ 44 ਤੇ ਸੀ ਅੱਜ ਵੀ ਗੇਜਿਆ ਅਗਸਤ ਦਾ ਐਂਡ ਜਾ ਰਿਹਾ ਵਾ ਤਕਰੀਬਨ ਅੱਜ 20 ਹੋ ਗਈ ਆ 19 ਅੱਜ 22 ਹੋ ਗਈ ਅੱਜ 22 ਹੋ ਗਈ ਆ ਹੈ ਅਤੇ ਟਾਰਗੇਟ ਜਿਹੜਾ ਕੰਮ ਮਾਸ਼ਾਅੱਲਾ ਠੀਕ ਹੋ ਗਿਆ ਵੀ ਇੰਨਾ ਵੀ ਠੀਕ ਨਹੀਂ ਹੋਇਆ ਕਹੋ ਵੀ ਮਤਲਬ ਕਿ ਸਕੂਲ ਖੁੱਲ੍ਹ ਗਏ ਆ ਸਕੂਲ ਖੁੱਲ੍ਹਣ ਦੇ ਨਾਲ ਨਾ ਥੋੜ੍ਹਾ ਜਿਹਾ ਕੰਮ ਨੂੰ ਪਤਾ ਲੱਗਿਆ ਕਿ ਕੰਮ ਹੈ ਅਤੇ ਆਹ ਸਾਊਥ ਸਾਹਿਬ ਹੀ ਆ ਰਹੇ ਦੰਦ ਕੱਢਦੇ ਆ ਸਾਊਥ ਸੁਣਾ ਕਿਵੇਂ ਕੰਮ ਸਾਊਥ ਨੂੰ ਵੀ ਭਾਈ ਮੋਟਰਸਾਈਕਲ ਮਿਲ ਗਈ ਸਾਰੇ ਬੰਦਿਆਂ ਨੂੰ ਮੋਟਰਸਾਈਕਲ ਮਿਲ ਗਈ ਆ ਮੋਟਰਸਾਈਕਲ ਬਹੁਤ ਅੱਛੀ ਹੈ ਜੀ ਪੁਸ਼ਪਾ ਲਓ ਜੀ ਗੇਜਾ ਸਾਹਿਬ ਸਟਾਰਟ ਕਰਨ ਲੱਗੇ ਮੋਟਰਸਾਈਕਲ ਗੇਜਾ ਸਾਹਿਬ ਮੋਬਾਈਲ ਇੱਥੋਂ ਡਿੱਗਦਾ ਤੇ ਨਹੀਂ ਨਹੀਂ ਸਰ ਜਦੋਂ ਚੋਰਾਂ ਨੇ ਖਿੱਚਿਆ ਤਾਂ ਇੱਥੇ ਹੀ ਖਿੱਚਣਾ ਨਹੀਂ ਸਰ ਗੇਜਾ ਸਾਰਾ ਸਟਾਰਟ ਮੋਟਰਸਾਈਕਲ ਹੈ ਹਾਂਜੀ ਹੁਣ ਜਾ ਕੇ ਅੱਜ ਕੇ 125 ਲਏਗਾ ਪਾਕਿਸਤਾਨ ਮੈਂ ਸਾਹ ਜੀ ਅਲਹਮਦੁਲਿਲਾ ਆਪਣੇ ਨੂੰ 125 ਵੀਜ਼ੇ ਵੀ ਹੈ ਸੀ ਅੱਛਾ ਤੇ ਉਹ ਵੱਡੇ ਭਾਈਏ ਨੂੰ ਦੇਤਾ ਵਾ ਹਾਂ ਅੱਲਾ ਕੀ ਤੇ ਹੁਣ ਆਪਾਂ ਜਾ ਕੇ 25 ਘਟਾਣਾ ਹੈ ਹਾਏ ਇਨਸ਼ਾਅੱਲਾ ਤੇ ਨਵਾ ਹਾਂ ਹਾਏ ਤੇ 2.5 ਸਾਲ ਇੱਥੇ ਹੀ ਆ ਹਾਂ ਜੀ ਇੱਥੇ ਹੀ ਆ ਹਾਏ ਤੇ ਆ 5 ਮਹੀਨੇ ਜਿਹੜੇ ਇਹਦੇ ਕੱਢਦੇ ਹੁਣ ਦੁਬਾਰਾ 2 ਸਾਲ ਸ਼ੁਰੂ ਹੋ ਗਏ ਭਾਈ ਤੇ ਬਾਕੀ ਮੌਸਮ ਜਿਹੜਾ ਇਹ ਨਾ ਅੱਜ ਦਾ ਬੜਾ ਜ਼ਬਰਦਸਤ ਹੋ ਗਿਆ ਹੁਣ ਹੋ ਗਿਆ ਦਿਨੇ ਤੇ ਬਹੁਤ ਜ਼ਿਆਦਾ ਗਰਮੀ ਸੀ ਤੇ ਬਾਕੀ ਜਿਹੜਾ ਨਾ ਹੋਰ ਆ ਜੀ ਹਾਂਜੀ ਆ ਪਿੰਡ ਅਸੀਂ ਪਿਆਵਾਂ ਦਾ ਤੇਲ ਪਵਾਈਦਾ ਸੀ ਇੱਥੇ ਮਾਸ਼ਾਅੱਲਾ ਵੇ ਲੋ ਟੈਂਕੀਆਂ ਫੁੱਲ ਆ ਲੋ ਜੀ ਗੇਜੇ ਨੇ ਟੈਂਕੀ ਵੀ ਫੁੱਲ ਰੱਖੀ ਆ ਗੇਜਿਆ ਇਹ ਹੁਣ ਮੁੱਕੇ ਨਾ ਇੱਥੇ ਤੇਲ ਦੀ ਸੂਈ ਆਉਂਦੀ ਆ ਨਾ ਉੱਤੇ ਨਹੀਂ ਸਾ ਜੀ ਤੇਲ ਦੀ ਸੂਈ ਨਹੀਂ ਆਉਂਦੀ ਆ ਸਪੀਡ ਦੀ ਆ ਹਾਂਜੀ ਤੇ ਆਹ ਕਾਦੀ ਆ ਗੇਰ ਦੀ ਉਹਦੀ ਜੀ ਦੂਸਰੀ ਦੀ ਉਹਦਾ ਨਾਮ ਸਪੀਡ ਹਾਂਜੀ ਅੱਛਾ ਅੱਛਾ ਇਹ ਦੋਵੇਂ ਸਪੀਡ ਮੀਟਰ ਹੀ ਲੱਗਦੇ ਨੇ ਹਾਂਜੀ ਬਾਕੀ ਮੋਟਰਸਾਈਕਲ ਜੈਂਗੋ ਆ ਹਾਂਜੀ ਅੱਲਾ ਰੱਖੇ ਖੈਰ ਅਸਰ ਸਾਹਿਬ ਛੁੱਟੀਆਂ ਦੇ ਨੇ ਅਸਰ ਦਾ ਦਿਲ ਨਹੀਂ ਕਰਦਾ ਕੰਮ ਤੇ ਆਉਣ ਨੂੰ ਉਹ ਕਹਿੰਦਾ ਭਾਈ ਮੈਂ ਕਰਨਾ ਨਹੀਂ ਗਾ ਮੈਂ ਦੌੜ ਜਾਣਾ ਵਾ ਤੇ ਬਾਕੀ ਜਿਹੜੇ ਆ ਆਪਾਂ ਨੂੰ ਆਰਡਰ ਲੱਗ ਗਿਆ ਗੇਜਿਆ ਆਲਾ ਫੜ ਯਾਰ ਉਹਨੂੰ ਕਿਹਾ ਫਤੂਰਾ ਕੱਢ ਕੇ ਨਾ ਇਹਦਾ ਤੇ ਉਹਨੂੰ ਦਿਖਾਈ ਉਹਨੇ ਫਿਰ ਜੂਸ ਦਾ ਆਰਡਰ ਆ ਅਤੇ ਇਹ ਲੱਗਣਾ ਵਾ ਅਤੇ ਉਸ ਤੋਂ ਬਾਅਦ ਸ਼ਿਫਟ ਜਿਹੜੀ ਆਪਣੀ ਹੈਗੀ ਆ ਨਾ ਅੱਜ ਅਲਾ ਤੂਲ ਹੀ ਆ ਗੇਜਿਆ ਤੇਰੀ ਕਿੰਨੇ ਵਜੇ ਤੱਕ ਸ਼ਿਫਟ ਆ ਮੇਰੀਆਂ 2 ਸ਼ਿਫਟਾਂ ਅਲਾ ਤੂਲ ਆ ਇੱਕ ਮੋਗਾ ਹੀ ਆ ਮੇਰੀ 11:30 ਵਜੇ ਤੱਕ ਇਹ 2 ਵਜੇ ਤੱਕ ਆ ਆਪਣੀ ਸ਼ਿਫਟ ਅੱਜ ਇਕੱਠਿਆਂ ਹੀ ਜਾਣਾ ਹੋਵੇ ਅੱਜ ਨਾ ਠੀਕ ਆ ਨਾ ਇਹ ਨਾ ਹੋਵੇ ਅੱਜ ਫਿਰ ਛਿਤਰੋ ਛਿਤਰੀ ਹੋ ਜਾਈਏ ਖੋਣਾ ਖੋਣਾ ਉਹਨਾਂ ਨੇ ਕੁਛ ਵੀ ਨਹੀਂ ਸੀ ਉਹ ਸਾਹ ਜੀ ਉਹ ਸਿਰਫ ਡਰਾਮੇ ਕਰਦੇ ਸੀ ਸਿਰਫ ਉਹਨਾਂ ਨੇ ਪੈਸੇ ਪੂਹੇ ਖੋਲਣੇ ਸੀ ਤੇ ਗਰੀਬ ਬੰਦੇ ਵਾਸਤੇ 200-300 ਰੁਪਇਆ ਜਿਹੜਾ ਨਾ ਉਹ ਵੀ ਬਹੁਤ ਹੁੰਦਾ ਉਹ ਪਾਕਿਸਤਾਨੀ ਤੇ 30,000 ਰੁਪਇਆ ਬਣ ਜਾਣਾ ਸੀ ਪਾਕਿਸਤਾਨੀ 30 ਬੰਦਾ ਜੀ ਤੇ ਅਸੀਂ ਮੁੜ ਕੇ ਭੁੱਖੇ ਮਰ ਜਾਣਾ ਜਿੱਥੇ ਅਸੀਂ ਭੁੱਖੇ ਬੰਦੇ ਨਾ ਸਾਨੂੰ ਨਾ ਕਿ ਮਹੀਨਾ ਰੋਟੀ ਖਾਣ ਦੇ ਪੈਸੇ ਲੱਗਣ ਹਾਂ ਅੱਗੇ ਪੈਸੇ ਆ ਨਹੀਂ ਸਾਡੇ ਅੱਗੇ ਪੈਸੇ ਆ ਨਹੀਂ ਪਿੰਡ ਵਾਲੇ ਕਹਿੰਦੇ ਪਤਾ ਨਹੀਂ ਉੱਥੇ ਟਾਲੀਆਂ ਤੇ ਚਾੜਦੇ ਆ ਪਿੰਡ ਵਾਲੇ ਕਹਿੰਦੇ ਪਤਾ ਨਹੀਂ ਉੱਥੇ ਅੰਬਾਂ ਦੇ ਦਰਖਤ ਲੱਗੇ ਉਹਨਾਂ ਨੇ ਲੱਭਦੇ ਆ ਢਾਂਗੀ ਲੈ ਕੇ ਸੁੱਕੇ ਹੀ ਹਲਾ ਉਹੀ ਉਹ ਕਹਿੰਦੇ ਕੁੰਡੀਆਂ ਪਾਈਆਂ ਹੋਈਆਂ ਢਾਂਗੀਆਂ ਅਗਲੇ ਦਿਨ ਇੱਕ ਸੀ ਇੱਕ ਬੇਲੀ ਨੇ ਮੇਰੇ ਕੋਲ ਪੈਸੇ ਮੰਗੇ ਜੀ ਅੱਛਾ 10,000 ਰੁਪਇਆ ਅੱਛਾ ਸਾਨੂੰ ਕਿਹਾ ਮੈਂ ਕਿਹਾ ਭਰਾਵਾ ਇੱਥੇ ਤਾਂ ਮੈਂ ਆਪ ਰੋਟੀ ਦਵਾ ਯਾਰ ਹਾਂ ਤੇਰੇ ਕੋਲ 10,000 ਹੈਗਾ ਤੇ ਤੂੰ ਭੇਜ ਦੇ ਮੈਂ ਕਿਹਾ ਮੈਂ ਹਜੇ ਭਰਾਵਾ ਕੰਮ ਨਹੀਂ ਲੱਗਾਂ ਕਿਤੇ ਕੰਮ ਲੱਗ ਗਿਆ
ਠੀਕ ਆ ਉਦੋਂ ਤੈਨੂੰ ਦੱਸ ਦੇ ਵੀ ਆਏ 20 ਵੀ ਭੇਜ ਦੂੰਗਾ ਕੋਈ ਮੁਸ਼ਕਲ ਨਹੀਂ ਆ ਇਹਦਾ ਮਤਲਬ ਭੇਜੇਗਾ ਭੇਜਾਂਗੇ ਜੀ ਇਹ ਬੇਲੀ ਆ ਕਿ ਸਹੇਲੀ ਆ ਜੀ ਉਹ ਬੇਲੀ ਆ ਅੱਛਾ ਵੇਖੀ ਨਹੀਂ ਨਹੀਂ ਜੀ ਸਿੰਗੜਾ ਜੀ ਪੁਸ਼ਪਾ ਸਟਾਈਲ ਚਲੋ ਜੀ ਇਹ ਤੇ ਬੇਟਾ ਬਹੁਤ ਸੋਹਣਾ ਲੱਗਦਾ ਕਿ ਜਾਂ ਚੱਲ ਮੋਟਰਸਾਈਕਲ ਦੀ ਸਿਫਤਾਂ ਦੱਸ ਥੋੜੀਆਂ ਜੀ ਸਾਨੂੰ ਦੱਸ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਛਾ ਗੇਜਾ ਮੈਨੂੰ ਤਾਂ ਲੱਗਦਾ ਨਾ ਉਮੀਦ ਸੀ ਪੂਰਾ ਮੈਨੂੰ ਮੋਟਰਸਾਈਕਲ ਅੱਛਾ ਉੱਚੀ ਬੋਲ ਥੋੜ੍ਹਾ ਬੜੀ ਅੱਛੀ ਆ ਆਪਣੇ ਦੋਨੋਂ ਭਾਈ ਨੇ ਇਹਨਾਂ ਨੂੰ ਇਹ ਚੰਗੀ ਇੰਨੀ ਆ ਜੀ ਹਜੇ ਕੱਲ੍ਹ ਹੀ ਆ ਜੀ ਨਵੀਂ ਮੋਟਰਸਾਈਕਲ ਇਹ ਚੰਗੀ ਇੰਨੀ ਆ ਖੂਬੀ ਆ ਜੀ ਨਾ ਕਿ ਉਹ ਚਾਰਜਰ ਬੜੀ ਸਪੀਡ ਨਾਲ ਕਰਦੀ ਬਸ ਬਸ ਇਹੀ ਖੂਬੀ ਆ ਬਾਕੀ ਸਾਰੀਆਂ ਖਾਮੀਆਂ ਹੀ ਆ ਮਾਮਾ ਸਲੋ ਸਟਾਰਟ ਹੁੰਦੀ ਆ ਵੇ ਚੱਲਦਾ ਹੀ ਨਹੀਂ ਫਿਰ ਅੱਜ ਸਾਰਾ ਕੱਲ ਸੌਂਦੀ ਭਾਈ ਦੀ ਵੀ ਬਹੁਤ ਹੈ ਸੌਂਦੀ ਵੀ ਬਹੁਤ ਹੈ ਭਾਈ ਦੀ ਵੀ ਬਹੁਤ ਅੱਗੇ ਸੌਂਦ ਭਾਈ ਦੀ ਜੀ ਕੱਲ ਸਲੋ ਖਰਾਬ ਹੋ ਗਿਆ ਉਹ ਰਾਤ ਵਾਲਾ ਆ ਗਿਆ ਦੱਸੋ ਯਾਰ ਜਿਹੜਾ ਰਾਤ ਵਾਲਾ ਹੋਇਆ ਰਾਤ ਸਲੋ ਖਰਾਬ ਹੋਇਆ ਉਧਰੋਂ ਇੱਕ ਮੋਟਰਸਾਈਕਲ ਜਿਹੜੀ ਆ ਦੂਜੀ ਬੰਦ ਹੋ ਗਈ ਉਧਰੋਂ ਹੀ ਰਾਹ ਜਾਂਦੇ ਪਏ ਰਾਹ ਬਲੋਚ ਪੈ ਗਏ ਤਿੰਨ ਓਏ ਹੋਏ ਪਹਿਲਾਂ ਇਹਨਾਂ ਨੂੰ ਪਏ ਆ ਮੁੜ ਕੇ ਫਿਰ ਰਾਜ ਮੈਨੂੰ ਪੈ ਗਏ ਉਹਦਾ ਸ਼ੁਗਲਾ ਚੈੱਕ ਕਰ ਇਹ ਬਰਾਬਰ ਗਿਆ ਤੇ ਅੰਗਰੇਜ਼ ਦੀ ਮੋਟਰਸਾਈਕਲ ਬੰਦ ਹੋ ਗਈ ਉੱਤੇ ਮੈਂ ਉਹਨੂੰ ਕਹਾਂ ਇੱਕ ਮਾਰ ਦੇਖੋ ਕਿ ਇੱਕ ਹੀ ਨਾ ਵਜੇ ਉਹ ਸਾਜ ਜੀ ਉਹਨਾਂ ਨੇ ਸਿਰ 'ਚ ਟੰਬਾ ਮਾਰਨ ਲੱਗਾ ਸੀ ਏਡਾ ਲੰਮਾ ਟੰਬ ਵਾਰਦਾ ਤੁਹਾਡੇ ਇਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਵੀ ਪੈ ਗਏ ਉਹ ਬਾਬਾ ਜੀ ਮੈਂ ਤੇ ਅਚਾਨਕ ਪੰਜਵੇਂ ਗੇਅਰ 'ਚ ਆਪਣਾ ਅੱਗੇ ਜਿਹਾ ਪੰਜਵੇਂ ਗੇਅਰ 'ਚ ਜਦੋਂ ਦੇਖਿਆ ਨਾ ਐ ਸੜਕੋ ਐ ਨੂੰ ਆਇਆ ਤਿੰਨ ਜਣੇ ਹੈ ਸ਼ੋਰ ਜਿਹਾ ਹੀ ਆ ਠੀਕ ਆ ਉਹ ਇੱਕ ਵਾਰੀ ਤਾਂ ਬੰਦੇ ਦਾ ਤਰੋ ਨਿਕਲ ਜਾਂਦਾ ਗਏ ਨਾ ਵਾਪਸ ਗਏ ਆ ਮੈਂ ਇਹਨੂੰ ਕਿਹਾ ਮੈਂ ਕਿਹਾ ਚਲੋ ਚੱਲੀਏ ਵਾਪਸ ਅਸੀਂ ਵਾਪਸ ਗਏ ਉਹਨਾਂ ਕੋਲ ਤੇ ਜਾ ਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂ ਇਹ ਮੁਸ਼ਕਲ ਕਹਿੰਦਾ ਮਸਕਰਾ ਕੀਤਾ ਕਹਿੰਦਾ ਤੁਹਾਡਾ ਇੱਕ ਰੂਟ ਤੋਂ ਆਉਂਦੇ ਸੀ ਮੈਂ ਕਿਹਾ ਤੂੰ ਸਾਲਾ ਲੱਗਦਾ ਮਸਕਰਾ ਕਰਿਆ ਸਾਨੂੰ ਯਕੀਨ ਮੰਨੋ ਰਾਤੀ ਜਦੋਂ ਮੈਨੂੰ ਪਏ ਨਾ ਇਹ ਚਲੇ ਗਏ ਮੇਰੇ ਨਾਲ ਉਹ 15-20 ਮਿੰਟ ਪਹਿਲਾਂ ਗਏ ਹੋਣੇ ਉਸ ਤੋਂ ਬਾਅਦ ਮੈਂ ਗਿਆ ਮੈਂ ਇਕੱਲਾ ਰਾਤ 2:30 ਦਾ ਟਾਈਮ ਹੋਵੇ ਹੈ ਉਹ ਫਿਰ ਜਦੋਂ ਉਹ ਪਿਆ ਨਾ ਤੇ ਉਹ ਭਾਈ ਜਦੋਂ ਮੈਂ ਦੇਖਿਆ ਨਾ ਅਚਾਨਕ ਅੱਗੇ ਆ ਗਏ ਆ ਤਿੰਨ ਜਣੇ ਇਕੱਠੇ ਮੈਂ ਦਸਤੀ ਬ੍ਰੇਕ ਲਾਈ ਆ ਤੇ ਮੈਂ ਬ੍ਰੇਕ ਲਾਉਣ ਤੋਂ ਹੀ ਨਾ ਵਾਪਸ ਮੋੜੀ ਵਾਪਸ ਮੋੜ ਕੇ ਤੇ ਬ੍ਰੇਕ ਲਾਉਣ ਤੋਂ ਬਾਅਦ ਨਾ ਵਾਪਸ ਗੇਜਿਆ ਮੋੜੀ ਆ ਤੇ ਮੋੜ ਕੇ ਨਾ ਓਏ ਹੋਏ ਹੋਏ ਇੱਕ ਵਾਰੀ ਤਾਂ ਤਰੋ ਨਿਕਲ ਜਾਂਦਾ ਬੰਦਾ ਸੱਚ ਕਿਦੋ ਯਖਦਾ ਮਾਏ ਮੇਰੀ ਆਪਦੀ ਲੇਅਰ ਨਿਕਲ ਗਈ ਆ ਗੇਜਾ ਕਹਿੰਦਾ ਮੇਰੀ ਲੇਅਰ ਨਿਕਲ ਗਈ ਹਾਂਜੀ ਮੈਂ ਕਿਹਾ ਆ ਗਏ ਨਹੀਂ ਮੈਂ ਪਾਣੀ ਪੀਤਾ ਯਾਰ ਕਿੰਨਾ ਕੁ ਪਾਣੀ ਪੀ ਜਾਈਏ ਖੁਦਾ ਦੀ ਕਿਸਮੇ ਢਿੱਡ ਦਰਦ ਕਰਨ ਲੱਗ ਪਿਆ ਪਿੰਡ ਬਦਮਾਸ਼ੀ ਕਰਦਾ ਸੀ ਇੱਥੇ ਤੱਕ ਬੋਲਿਆ ਨਹੀਂ ਜਾਂਦਾ ਚੋਰਾਂ ਕੇ ਹੈ ਨਹੀਂ ਜੀ ਫੜੋ ਮੈਂ ਆਰਡਰ ਲੱਗਾ ਤੇਰਾ ਸਤਰਾਹਾ ਕੱਲ ਮਦੀਰ ਨੇ ਸਾਨੂੰ ਦਿਖਾਇਆ ਬਹੁਤ ਵੱਡਾ ਸਤਰਾਹਾ ਠੀਕ ਆ 25 ਬੰਦੇ ਤੇ ਏਸੀ ਵੀ ਦੱਸ ਨਾ 4 ਲੱਗੇ ਆ ਲੇਕਿਨ ਮਾਹੌਲ ਬੜਾ ਸਾਫ ਸੁਥਰਾ ਪਾਣੀ ਮੁੱਕਿਆ ਸੀ ਨਾ 3 ਦਿਨ ਤੋਂ ਪਾਣੀ ਮੁੱਕਿਆ ਰਿਹਾ ਸਾਡਾ ਬੰਦੇ ਸ਼ਿਫਟ ਹੋਏ ਆ ਤੇ ਬਾਕੀ ਅੱਲਾ ਰੱਖੇ ਖੈਰ ਤੇ ਕੰਮ ਜਿਹੜਾ ਨਾ ਚੱਲੀ ਆ ਰਿਹਾ ਸਾਨੂੰ ਹੁਣ ਫੇਰ ਲੱਗਾ ਹੋਇਆ ਆ ਦੇ ਆਟੋ ਠੀਕ ਆ ਜੀ ਤੇ ਮੈਂ ਆਟੋ ਤੇ ਲਾਤੀ ਸੀ ਤੇ ਸਕੂਲ ਖੁੱਲਣ ਦੇ ਨਾਲ ਨਾ ਹੁਣ ਆਪਣਾ ਗੇਜਾ ਸਾਹਿਬ ਇਹਨੂੰ ਕੋਈ ਸਟਾਰਟ ਸਟੂਟ ਕਰਕੇ ਵੀ ਸਾਨੂੰ ਦਿਖਾਉਂਦੇ ਕੋਈ ਉਹ ਪਿੰਡ ਵਾਲਿਆਂ ਨੂੰ ਦੱਸੋ ਵੀ ਭਾਈ ਨਵੀਂ ਮੋਟਰਸਾਈਕਲ ਮਿਲ ਗਈ ਆ 5 ਮਹੀਨਿਆਂ ਬਾਅਦ
ਤੇ ਅਸੀਂ ਹੁਣ ਕੰਮ ਤੇ ਠੀਕ ਆ, ਘਬਰਾਉਣਾ ਨਹੀਂ ਹੈ। ਬਾਕੀ ਸਾਡੀ ਸਾਰੀ ਨਫ਼ਰ ਜਿਹੜੀ ਹੈ ਜੀ ਨਾ ਆਹ ਖੜੀ ਹੈ ਐਂ। ਆਹ ਚਾਚਾ ਕਰਾਚੀ ਵਾਲਾ ਵੀ ਆਇਆ ਬੈਠਾ ਵਾ, ਠੀਕ ਆ। ਅਤੇ ਹਰਬੀ ਦੇ ਕੋਲ 6 ਵੱਜ ਗਏ ਇਸ ਟਾਈਮ, ਟਾਈਮ ਹੋ ਗਿਆ। ਅਤੇ ਇਨਸ਼ਾਅੱਲਾ ਬਾਕੀ ਜਿਹੜੇ ਹਜੇ 5-4 ਮੋਟਰਸਾਈਕਲ ਆ ਨਾ,